ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਡਾਕਟਰ ਸੋਹਨ ਸਿੰਘ ਜੋਸ਼, ਮੇਰੀ ਉਮਰ ਲਗਭਗ 65 ਸਾਲ ਦੀ ਹੈ। ਲਗਭਗ 16-17 ਸਾਲ ਤਾਂ ਮਿਸ਼ਨ ਨਾਲ ਜੁੜਿਆ ਵੀ ਹੋ ਗਏ ਨੇ। ਜਨਵਰੀ 97 ਦੇ ਵਿੱਚ ਮੇਰੇ ਫਾਦਰ ਦਾ ਭੋਗ ਪਿਆ, ਉਹਨਾਂ ਦੀ ਡੈਥ ਹੋਈ ਹੈ। ਰਾਤ ਨੂੰ ਬੜਾ ਮੀਂਹ ਝੱਖੜ ਹਨੇਰੀ ਸੀ ਆਲ ਓਵਰ ਹੀ ਮੇਰੇ ਖਾਲੀ ਇੰਡੀਆ ਦੇ ਵਿੱਚ। ਉਸ ਦਿਨ ਪਹਿਲੀ ਵਾਰੀ ਮੇਰੇ ਮੂੰਹ ਦੇ ਵਿੱਚ ਵੱਡਾ ਸਾਰਾ ਬਲੱਡ ਦਾ ਛਾਲਾ ਬਣਿਆ, ਔਰ ਲਾਈਟ ਨਾ ਹੋਣ ਕਰਕੇ ਪਤਾ ਨਹੀਂ ਲੱਗਿਆ ਵੀ ਬਲੱਡ ਦਾ ਕਿ ਕੀ ਹੈ। ਖੈਰ, ਹੋਮਿਓਪੈਥਿਕ ਦਵਾਈਆਂ ਸ਼ੁਰੂ ਕੀਤੀਆਂ ਲੈਣੀਆਂ, ਦੱਬ ਗਿਆ, ਲੇਕਿਨ ਛਾਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ, ਔਰ ਹੌਲੀ ਹੌਲੀ ਮੇਰੇ ਸਾਰੇ ਸਰੀਰ 'ਤੇ, ਮੇਰੇ ਕੇਸ, ਮੇਰੀ ਦਾੜੀ, ਮੇਰੇ ਹੱਥ, ਪੈਰਾਂ ਦੀ ਤਲੀਆਂ, ਹੱਥਾਂ ਦੀ ਤਲੀਆਂ, ਕੱਛਾਂ, ਗੱਲ ਕਿ ਸਾਰਾ ਸਰੀਰ ਹੀ ਭਰ ਗਿਆ ਸੀ ਛਾਲੇ ਨਾਲ, ਵੱਡੇ ਵੱਡੇ ਨਾਲ, ਜਿਵੇਂ ਨਾ ਪਾਣੀ ਦੇ ਗੁਬਾਰੇ ਲਮਕਦੇ ਹੁੰਦੇ ਨੇ ਜਾਂ ਅੰਗੂਰਾਂ ਦੇ ਗੁੱਛੇ ਵੱਡੇ ਵੱਡੇ ਹੁੰਦੇ ਨੇ। ਔਰ ਕੋਈ ਵੀ ਹੋਮਿਓਪੈਥਿਕ ਇਲਾਜ, ਆਯੁਰਵੈਦਿਕ ਦੂਸਰਾ, ਔਰ DMC ਹੋਸਪਿਟਲ ਦੇ ਵਿੱਚ ਮੇਰਾ ਟ੍ਰੀਟਮੈਂਟ ਲਗਾਤਾਰ ਹਰ ਮਹੀਨੇ ਮੈਨੂੰ ਦਾਖਲ ਹੋਣਾ ਪੈਂਦਾ ਸੀ, ਔਰ ਸਾਰਾ ਸਰੀਰ ਭਰਿਆ। ਸਿਰਫ ਮਲ ਤਿਆਗ ਦੇ ਅੰਗ ਮੇਰੇ ਬੱਚੇ ਸੀਗੇ ਛਾਲਿਆਂ ਦੇ ਨਾਲ, ਔਰ ਮੈਂ ਕੱਪੜੇ ਨਹੀਂ ਸੀ ਪਾ ਸਕਦਾ। ਕਛਹਿਰੇ ਬਣਨਾ, ਦਿਨ 'ਚ 5-5, 6-6 ਵਾਰੀ ਬਦਲਣੇ, ਪੱਗ ਦੀ ਬੁੱਕਲ ਮਾਰ ਕੇ ਬੈਠੇ ਰਹਿਣਾ, ਮੈਂ ਲੇਟ ਨਹੀਂ ਸੀ ਸਕਦਾ। ਲੇਟਦਾ ਸੀ ਤੇ ਛਾਲੇ ਮੇਰੇ ਜਿਹੜੇ ਪੱਗ ਬੰਨੀ ਹੁੰਦੀ ਸੀ ਜਾਂ ਲਈ ਹੁੰਦੀ ਸੀ ਉੱਪਰ, ਉਹ ਨਾਲ ਕੱਪੜੇ ਜੁੜ ਜਾਂਦੇ ਸੀ, ਔਰ ਪਰੇ ਕਰੇਦਾ ਸੀ ਤਾਂ ਉਹਨਾਂ ਦੀ ਤਕਲੀਫ ਇੰਨੀ ਹੁੰਦੀ ਸੀ, ਉਹਦੀ ਬੁਰਾਈ ਨਾਲ ਬੁਖਾਰ ਚੜ ਜਾਣਾ, 106-107 ਤੱਕ ਬੁਖਾਰ, ਔਰ ਕੋਈ ਦਵਾਈ ਅਸਰ ਨਹੀਂ ਸੀ ਕਰਦੀ। ਹਾਰ ਕੇ ਮੇਰੇ ਜਿਹੜੇ ਮਿੱਤਰ ਦੋਸਤ ਸੀਗੇ, ਡਾਕਟਰ ਸੀਗੇ ਘਰ ਦੇ, ਇਹਨਾਂ ਨੇ ਮੈਨੂੰ DMC ਲੈ ਗਏ। ਉਹਨਾਂ ਨੇ ਕਿਹਾ ਪੈਂਫੀਗਸ ਵਲਗੈਰਿਸ ਹੈ, ਆਟੋ ਇਮਿਊਨ ਡਿਸਆਰਡਰ ਹੈ, ਇੱਥੇ ਹਰ ਮਹੀਨੇ ਰੱਖਾਂਗੇ, ਹਫ਼ਤੇ 'ਚ 3 ਦਿਨ ਰੱਖਾਂ ਕਰਾਂਗੇ, ਔਰ ਇਹਨਾਂ ਨੂੰ ਹੈਵੀ ਡੋਜ਼ ਸਟੀਰਾਇਡਸ ਔਰ ਐਂਟੀ ਕੈਂਸਰ ਮੈਡੀਸਨ, ਇੰਡੋਕਸਨ ਔਰ ਸਟੀਰਾਇਡਸ ਔਰ ਆਪਣਾ ਕੈਂਸਰ ਮੈਡੀਸਨ ਜਿਹੜੀਆਂ ਦੇ ਕੇ ਉਹਨੂੰ ਦਬਾ ਦਿੰਦੇ ਸੀ, ਔਰ ਇਨਸੁਲਿਨ ਨਾਲ ਦਿੰਦੇ ਸੀ, ਕਿਉਂਕਿ ਮੈਨੂੰ ਸ਼ੂਗਰ ਸੀ ਪਰ ਮੈਂ ਸ਼ੂਗਰ ਦੀ ਦਵਾਈ ਕੋਈ ਨਹੀਂ ਸੀ ਲੈਂਦਾ। ਮਾਰਜਨ 'ਤੇ ਸੀ ਸ਼ੂਗਰ ਮੇਰੀ, ਔਰ ਬਿਲਕੁਲ ਮੇਰੀ ਐਕਸਰਸਾਈਜ਼ ਨਾਲ, ਸੈਰ ਸੋ ਨਾਲ ਠੀਕ ਰਹਿੰਦੀ ਸੀ, ਪਰਹੇਜ਼ ਨਾਲ, ਕੋਈ ਮੈਨੂੰ ਪ੍ਰੋਬਲਮ ਨਹੀਂ ਸੀ। ਔਰ ਸਤਿਸੰਗਤ ਜੀ ਕਿਰਪਾ ਕੀਤੀ, 1 ਸਾਲ ਬੀਤ ਗਿਆ, ਉੱਥੇ ਮੈਂ ਦਾਖਲ ਲਗਾਤਾਰ ਹਰ ਮਹੀਨੇ ਹੋਣਾ ਔਰ ਠੀਕ ਹੋ ਜਾਣਾ। 3 ਦਿਨ ਬਾਅਦ ਉਹਨਾਂ ਨੇ ਉਹ ਦੱਬ ਜਾਣੇ ਛਾਲੇ ਛੁਲੇ ਸਾਰੇ, ਹੌਲੀ ਹੌਲੀ ਕਰਕੇ ਛਾਲੇ ਦੱਬ ਗਏ, ਜਾਂ ਕਹਿ ਸਕਦੇ ਹਾਂ ਵੀ ਟੈਂਪਰੇਰੀ ਠੀਕ ਹੋ ਗਏ। ਔਰ ਡਾਕਟਰ ਕਹਿੰਦਾ ਵੀ ਹੁਣ ਤੁਹਾਨੂੰ ਜਿਹੜੀ ਇਨਡੋਰ ਟ੍ਰੀਟਮੈਂਟ ਹੈ ਇਹਦੀ ਲੋੜ ਨਹੀਂ ਹੈ, ਔਰ ਤੁਸੀਂ ਹੁਣ 1 ਸਾਲ ਦਵਾਈ ਹੋਰ ਖਾਓ। 1 ਸਾਲ ਦਵਾਈ OPD ਵਿੱਚ ਡਾਕਟਰ ਸਾਰੇ ਮੈਨੂੰ ਦਿੰਦੇ ਰਹੇ, ਜਿਹੜੀ ਕਿ ਮੈਂ ਲਗਾਤਾਰ ਖਾਧੀ। ਜਿਸ ਵੇਲੇ ਲਗਭਗ 2 ਸਾਲ ਪੂਰੇ ਹੋ ਗਏ, ਕਹਿੰਦੇ ਨਾਓ ਯੂ ਆਰ ਨੋਰਮਲ, ਹੁਣ ਤੁਹਾਡੀ ਟ੍ਰੀਟਮੈਂਟ ਬੰਦ ਹੈ, ਹੁਣ ਤੁਸੀਂ ਠੀਕ ਹੋ। ਉਦੋਂ ਤੱਕ ਦਾਸ ਮਿਸ਼ਨ ਨਾਲ ਜੁੜ ਚੁੱਕਾ ਸੀਗਾ। ਬਲੱਡ ਪ੍ਰੈਸ਼ਰ ਉਹ ਸਟੀਰਾਇਡਸ ਕਰਕੇ ਮੇਰਾ BP ਕੰਟਰੋਲ ਨਹੀਂ ਸੀ ਹੁੰਦਾ, ਸ਼ੂਗਰ ਮੇਰੀ ਜਿਹੜੀ ਸੀ 400 ਤੋਂ 450 ਤੋਂ ਉੱਪਰ ਰਹਿੰਦੀ ਸੀ, ਡਾਊਨ ਨਹੀਂ ਸੀ ਹੁੰਦੀ, ਔਰ ਸਰੀਰ ਮੇਰੇ 'ਚ ਸੱਤਿਆ ਬਿਲਕੁਲ ਨਹੀਂ ਸੀ, ਰੰਗ ਮੇਰਾ ਬਦਰੰਗ ਹੋ ਚੁੱਕਾ ਸੀ ਦਵਾਈਆਂ ਕਰਕੇ, ਬਿਲਕੁਲ ਹੀ ਕਾਲੇਪਨ 'ਤੇ ਆ ਗਿਆ ਸੀ, ਹੋਰ ਹੀ ਤਰ੍ਹਾਂ, ਮਤਲਬ ਦੇਖ ਕੇ ਡਰ ਲੱਗਦਾ ਹੁੰਦਾ ਸੀ। ਆਵਾਜ਼ ਮੇਰੀ ਜਿੱਦਾਂ ਅੱਜ ਹੈ ਇੱਦਾਂ ਹੀ ਉਸ ਵੇਲੇ ਸੀਗੀ। ਹਾਂਜੀ, ਹਾਂ, ਸਾਧ ਸੰਗਤ ਜੀ ਵੀ ਇੱਕ ਜਾਨਵਰ ਦੀ ਲਾਈਫ ਸੀਗੀ, ਜਿਵੇਂ ਨਾ ਜਾਨਵਰ ਤੁਰ ਕੇ ਜਾਂਦਾ, ਦਾਸ ਚੱਲ ਵੀ ਨਹੀਂ ਸੀ ਸਕਦਾ, ਬਾਥਰੂਮ ਜਾਣਾ ਜਿਵੇਂ ਰਿੜ ਕੇ ਜਾਂਦਾ ਨਾ ਜਾਨਵਰ ਜਾਂਦਾ, ਇੱਦਾਂ ਜਾਣਾ। ਔਰ ਜਦੋਂ ਨਹਾਉਣਾ ਧੋਣਾ ਛਾਲੇ ਫਿਸ ਜਾਣੇ, ਇੰਨੀ ਤਕਲੀਫ ਹੋਣੀ ਕਿ ਉਹਨਾਂ ਦੀ ਬੁਰਾਈ ਨਾਲ ਫਿਰ ਬੁਖਾਰ ਚੜ ਜਾਣਾ, ਮਤਲਬ ਇੱਕ ਬੜੀ ਤਰਸਯੋਗ ਹਾਲਤ ਸੀ, ਜਿਹੜੀ ਕਿ ਦੇਖਦਾ ਸੀਗਾ ਉਹ ਦੇਖ ਨਹੀਂ ਸੀ ਸਕਦਾ, ਔਰ ਮੈਂ ਆਪਣੇ ਕਮਰੇ 'ਚ ਕਿਸੇ ਨੂੰ ਆਉਣ ਨਹੀਂ ਸੀ ਦਿੰਦਾ, ਬੇਟੇ ਨੂੰ ਵੀ ਨਹੀਂ, ਸਿਰਫ ਮੇਰੇ ਮਿਸਿਸ ਔਰ ਮੇਰੇ ਮਦਰ ਇਨ ਲਾ ਜਾਂ 1-2 ਮੈਂਬਰ ਪਰਿਵਾਰ ਦੇ ਜਿਹੜੇ ਸੀ ਮੇਰੇ ਕੋਲ ਆਉਂਦੇ ਸੀ ਉੱਪਰ ਮੇਰੇ ਕਮਰੇ 'ਚ, ਹੋਰ ਕੋਈ ਨਹੀਂ ਮੈਂ ਕਿਸੇ ਨੂੰ ਮਿਲਣ, ਕਿਉਂਕਿ ਦੇਖ ਕੇ ਦਿਲ ਖਰਾਬ ਹੁੰਦਾ ਸੀ ਵੀ ਇਹ ਬੰਦਾ ਜੀ ਕਿੱਦਾਂ ਰਿਹਾ। ਲੇਕਿਨ ਮਨ ਦੇ ਕੋਨੇ 'ਚ ਇੱਕ ਆਸ ਵੀ ਗੁਰੂ ਦੀ ਕਿਰਪਾ ਅਵਸ਼ ਹੋਣੀ ਹੈ। ਇਹ ਨਹੀਂ ਕਿ ਅਸੀਂ ਗੁਰੂ ਘਰ ਤੋਂ ਮੁਨਕਰ ਸੀਗੇ ਜਾਂ ਪਾਠ ਨਹੀਂ ਸੀ ਕਰਦੇ, ਜਿਵੇਂ ਹੁਣ ਸਵਾਸਾਂ ਦਾ ਦਸਵੰਧ ਕੱਢੀਦਾ, ਸਪੈਸ਼ਲ ਸੰਗਤ 'ਤੇ ਆਈਦਾ, 2-3 ਘੰਟੇ ਲੱਗ ਜਾਂਦੇ ਨੇ, ਪਾਠ ਵੀ ਕਰਨਾ, ਗੁਰਦੁਆਰੇ ਵੀ ਜਾਣਾ, ਸੇਵਾ ਕਰਨੀ, ਇੱਦਾਂ ਨਹੀਂ ਸੀ ਹੁੰਦਾ ਵੀ ਗੁਰਦੁਆਰੇ ਚਲੇ ਗਏ ਨਾ ਗਏ ਨਾ ਸੀ, ਜਾਂ ਕਿਸੇ ਦਿਨ ਸੰਗਰਾਂਦ ਵਾਲੇ ਦਿਨ ਚਲੇ ਗਏ ਜਾਂ ਗੁਰਪੁਰਬ ਵਾਲੇ ਦਿਨ ਸਪੈਸ਼ਲ ਕੋਈ ਫੰਕਸ਼ਨ ਚਲੇ ਗਏ, ਉਹ ਵੀ ਥੋੜ੍ਹਾ ਜਿਹਾ ਟਾਈਮ, ਬਹੁਤਾ ਟਾਈਮ ਨਹੀਂ ਸੀ ਅਸੀਂ ਕੱਢਦੇ, ਮਤਲਬ ਆਪਣੇ ਕਾਰ ਵਿਹਾਰ 'ਚ ਹੀ ਲੱਗੇ ਰਹਿਣਾ। ਤਾਂ ਸਾਧ ਸੰਗਤ ਜੀ ਗੁਰੂ ਨੇ ਕਿਰਪਾ ਕੀਤੀ, ਜਦੋਂ ਕੈਂਪ ਲੱਗਾ ਇੱਥੇ ਮਾਰਚ 98 ਦਾ ਮਾਰਚ ਦਾ ਕੈਂਪ ਲੱਗਾ, ਉਦੋਂ ਮਿਸ਼ਨ ਨਾਲ ਦਾਸ ਜੁੜ ਚੁੱਕਾ ਸੀ, ਅਤੇ ਜਦੋਂ ਮੇਰੇ ਛਾਲੇ ਦੁਬਾਰਾ ਸ਼ੁਰੂ ਹੋ ਗਏ DMC ਦਾ ਟ੍ਰੀਟਮੈਂਟ ਬੰਦ ਕਰਨ ਤੋਂ ਬਾਅਦ, ਅਤੇ ਮੈਨੂੰ ਘਰ ਦੇ ਕਹਿੰਦੇ ਵੀ ਤੁਸੀਂ ਕਿਉਂ ਨਹੀਂ ਫਿਰ ਦਾਖਲ ਹੁੰਦੇ, ਜਾ ਕੇ ਇਹਨੂੰ ਦੁਬਾਰਾ ਠੀਕ ਕਰੋ, ਇਹ ਫਿਰ ਹੋ ਗਏ ਨੇ।
दास नूं पता लग चुका सी भी ठीक नहीं होने, दब रहे ने, ठीक नहीं होने, तो गुरु ही कोई करिश्मा करे तो ठीक हो सकते ने। फिर डॉक्टर साहब नाल सलाह की, वह कहिंदे भी दवाइया तो तुसीं बहुत खा ली, बीइंग डॉक्टर मैं तुहानूं एडवाइस नहीं कर सकता भी तुसीं इह दवाइया ना खाओ, लेकिन तुसीं अपने जाप का समा वधाओ, जिन्ना वध तो वध जाप कर सकते समा वधाओ, जिहड़े आपां मिशन दे शब्दां दा जाप करते हैं और मूल मंत्र का पाठ करते हैं, वाहिगुरु का जाप करते हैं सारा, ये वध तो वध जिन्ना कर सकते करो। और सतसंग जी दास लम्मा तो पै नहीं सकता, बैठे रहना, पासा लैके किधरे पै भी गए जाप ही करी जाना। मेरे पेशेंट्स ने मेरे वास्ते अरदासां करनी। तो सतसंग जी मार्च 98 का जो कैंप लगा, दास ने कहा भी मैनू तुसी जोड़िया की सेवा दो, मेरा मन करता मैं जोड़े दे, तुसी वीक बहुत हो, तुहाडे जान नहीं है, सत्या नहीं है, तुसी नहीं कर सकनी, तुसी कैश ते बैठो। जिवें हुण वीर जी इत्थे रसीदा कट रहे ने कैंप, जदों उन्हां दिनां च लगदा सी जंज घर च अमृत वेले 4:45 शुरू हुंदा सी सैशन, और 2.5-3 घंटे का पहला सैशन हुंदा सी भाई अपना जिहड़े सीगे उह, हाँ जी उह आंदे हुंदे सीगे, ते अमृत वेले बहुत जल्दी सैशन शुरू हुंदा सी। और साध संगत जिते मैं छालियां दी वराई करके लत्तां दे छाले होण करके बह नहीं सी सकदा, जिवें इन्नी इन्नी देर 2.5-3 घंटे बैठे रहीदा, 10 मिनट नहीं सी बैठ, कदी लत्तां सीधियां करनियां, कदी लंबियां कर लेनियां, कदी पासे कर लेनियां, मतलब बहुत औखे बैठीदा सी। और पहले दिन ही कैंप दे जो सेवा कर रहे सी, काम बहुत हुंदा है, पान देनी लैनी, रसीदां कढ़नियां, अरदासां लिखणियां, काफ़ी काम हुंदा कैंप विच। और 2.5-3 घंटे का सैशन दास किवें बैठा रहा, साध संगत जी दास नूं नहीं, सतसंग जी अज भी दिल भरता है, वह वेला याद करने दिल नहीं करता, यह मेरी वड्याई नहीं है, यह गुरु की वड्याई है जिन्होंने कृपा की है, जिवें मेरे ते कृपा हुई है, सारी संगत ते हुई है। सतसंग जी ओ दिन जाए आ देख लो किन्ने साल हो गए ने, 98 तो बाद तुसीं अंदाजा ला लो 17 साल हो गए ने। और साध संगत जीओ भी देख लो भी किवें दास तुहाडे सामने है। मेरे छाले दिन ब दिन दूर हुंदे गए, और पहले कैंप दे विच ही तीजे दिन दास कपड़े जदों चेंज कर रहा सी, ते मेरी मिसिज कहिंदी है भी तुहाडे छाले तो बिल्कुल ठीक हो गए। मैं कहा गुरु की कृपा हुई, वह दिन जाए तो अज तक छाला कोई रिलैप्स नहीं होया, कोई छाला वापस नहीं आया। और डॉक्टर साहब जदों वैबसाइट ते मेरा केस भी बने सी, कहिंदे भी तुहाडा टैसट कराउंदे आ। मैं कहा डॉक्टर साहब टैसट कराने की की लोड़ है, मैं लिख के देना भी मैं ठीक है, मैनू टैस्ट की लोड़ नहीं है। मैं क्या डीएमसी वाले तो अगे मेरे खिलाफ भी हो गए, जो मैं जाता सी मैं कई बार होर नजर देखते सी, क्योंकि मेरे उदों बारे प्रेस दे विच बहुत कुछ छपे, टीवी चैनल दे उत्ते केबल दे उत्ते काफ़ी कुछ दस्या गया, और लोगों नू बहुत पता हैगा, ते बायस थोड़ी नेचर होंदी है, ते उह कहिंदे भी तुसीं होम्योपैथिक दवाइयां खाधी तां तुहाडी तकलीफ वधी है, वह इस गल नू नहीं सी मनदे, वह कहिंदे भी नहीं तुहाडे तुसीं तां ठीक होए। मैं कहा तुहाडी तां दवाइयां ने मैनूं स्टीरॉयड ने दबाया, मैं ठीक तो होया ही नहीं, ठीक तो मैं गुरबाणी नाल होया, तो इस करके मैं नहीं सी चाहुंदा भी दोबारा उन्होंने कोल जाया जाए, शायद वो रिपोर्ट मेरी गलत दे देन, तो मेरे मन च कोई एवं गल जाए या किसी दे मन च जाए, मैं नहीं सी चाहुंदा। तो दास ते बड़ी गुरु ने कृपा की, सासियों जिवें दास ते कृपा हुई है, गुरु महाराज सारे ते कृपा करन। यही बेनती है कि जिवें गुरु ने अपने चरण नाल जोड़िया, अंत समय तक इदां ही जोड़ी रखे। वाहिगुरू जी का खालसा, वाहिगुरू जी की फतेह।